वाहिगुरु जी का खालसा, वाहिगुरु जी की फतेह। मैं जसबीर कौर, प्रेजिडेंट अमेरिकन सिख काउंसिल, अपने सारे भैन भरावां नूं गुरु नानक नाम लेवा सिख कौम जो सारे जगत विच वसदी है, आप जी दे चरणां विच इह बेनती करनी चाहुंदी हां कि असी सारे अपने जिन्ने भी साडे गुरपुरब शहीदी दिहाड़े, गुरगद्दी दिवस, यानी कि जिन्ने भी सिख कौम दे त्यौहार हन, ओह असी अपने मूल नानक शाही कलंडर जो सरदार पाल सिंह पुरेवाल जी ने 50-60 साल की मेहनत तो बाद बनाया है, ओदे मुताबक असी मनाईए। असी सारे सुदियां वदियां दे मुताबक जेडे कि साडे हर वारी हर साल जो दिन बदल दिते जांदे हन, उन्हां तो असी बाहर निकलीए। असी अपने बच्चां नूं जो साडा फ्यूचर हन, साडा भविख हन, जिन्हां ने कौम दी गां अगवाई करनी है, सांभना है, उन्हां नूं असी एक सीधा स्पष्ट जेड़ा मैसेज है, सुनेहा है, ਇਹ ਉਹਨਾਂ ਨੂੰ ਪੱਕਾ ਦ੍ਰਿੜ ਕਰਵਾਈਏ ਕਿ ਸਾਡੇ ਦਿਨ ਹਰ ਸਾਲ ਨਿਯਤ ਸਮੇਂ ਤੇ ਉਸੇ ਤਰੀਕ ਤੇ ਆਉਂਦੇ ਹਨ, ਜਿਵੇਂ ਕਿ ਸਾਡੇ ਆਪਣੇ ਜਨਮ ਦਿਨ ਤੇ ਸਾਡੇ ਜਿਹੜੇ ਵਿਆਹ ਦੇ ਫੰਕਸ਼ਨ ਹਨ ਜਾਂ ਜਿਹਨੂੰ ਅਸੀਂ ਮੈਰਿਜ ਐਨੀਵਰਸਰੀ ਕਹਿੰਦੇ ਹਨ, ਉਹ ਕਦੇ ਨਹੀਂ ਬਦਲਦੇ। ਇੱਦਾਂ ਗੁਰੂ ਸਾਹਿਬਾਂ ਦੇ ਗੁਰਪੁਰਬ ਵੀ ਉਹ ਸੇਮ ਦਿਨ ਸੇਮ ਤਾਰੀਖ ਤੇ ਹਰ ਸਾਲ ਆਉਂਦੇ ਹਨ ਮੂਲ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ। ਸਾਨੂੰ ਭਗਵਿਆਂ ਦੇ ਮੁਤਾਬਕ, ਪੁਜਾਰੀਆਂ ਦੇ ਮੁਤਾਬਿਕ ਜੋ ਸਾਡੇ ਹਰ ਸਾਲ ਦਿਹਾੜੇ ਬਦਲ ਦਿੱਤੇ ਜਾਂਦੇ ਹਨ, ਉਹਨਾਂ ਚੋਂ ਬਾਹਰ ਆਉਣ ਦੀ ਲੋੜ ਹੈ, ਉਹਨਾਂ ਨੂੰ ਨਕਾਰਨ ਦੀ ਲੋੜ ਹੈ, ਤਾਂ ਕਿ ਸਾਡੇ ਬੱਚੇ ਆਪਣੇ ਉਹਨਾਂ ਦੇ ਜਿਹੜੇ ਹਮਸਾਏ ਹਨ, ਉਹਨਾਂ ਦੇ ਜਿਹੜੇ ਸਾਥੀ ਹਨ, ਸਕੂਲਾਂ ਦੇ ਵਿੱਚ ਹਨ, ਕਿਤੇ ਵੀ ਉਹ ਜਾਂਦੇ ਹਨ, ਦੁਨੀਆਂ ਦੇ ਕਿਸੇ ਵੀ ਕੋਨੇ 'ਚ ਰਹਿੰਦੇ ਹਨ, ਤੇ ਉਹ ਮਾਣ ਦੇ ਨਾਲ ਦੱਸ ਸਕਣ ਕਿ ਅੱਜ ਸਾਡੀ ਵੀ ਸਿੱਖ ਹੋਲੀਡੇ ਹੈ, ਸਾਡਾ ਸਿੱਖ ਦਿਹਾੜਾ ਹੈ, ਸਾਡਾ ਪ੍ਰਕਾਸ਼ ਪੁਰਬ ਹੈ ਮਹਾਰਾਜ ਦਾ। ਨਾ ਕਿ ਉਹ ਹਰ ਸਾਲ ਇੱਕ ਬਦਲਵੀਂ ਤਾਰੀਖ ਦੇ ਉੱਤੇ ਜਿਹੜੇ ਹੈਗੇ ਭੰਬਲ ਭੂਸੇ ਚ ਪਏ ਰਹਿਣ। ਮੈਂ ਆਪ ਜੀ ਸਾਰਿਆਂ ਨੂੰ ਇਹ ਬੇਨਤੀ ਕਰਦੀ ਹਾਂ, ਕਿਉਂਕਿ ਅਸੀਂ ਸਾਰੇ ਬਹੁਤ ਪੜ੍ਹੇ ਲਿਖੇ ਸਿਆਣੇ ਗੁਰੂ ਨਾਨਕ ਨਾਮ ਲੇਵਾ ਸੰਗਤ ਹਾਂ, ਅਸੀਂ ਸਾਰੀ ਦੁਨੀਆਂ ਚ ਵਸਦੇ ਹਾਂ, ਸਾਨੂੰ ਸਭ ਕੁਝ ਪਤਾ ਹੈ। ਸਾਡੀ ਕੌਮ ਜਿਹੜੀ ਹੈ ਅਜੇ ਬਹੁਤ ਜਵਾਨ ਕਹਿਣਾ ਚਾਹੀਦਾ ਹੈ, 550 ਸਾਲ ਹਾਲੇ ਸਾਰੇ ਹੋਏ ਹਨ। ਸਾਨੂੰ ਇਹਨਾਂ ਸਾਰੇ ਭੰਬਲ ਭੂਸਿਆਂ ਦੇ ਵਿੱਚੋਂ ਬਾਹਰ ਨਿਕਲ ਕੇ ਆਪਣੇ ਜਿਹੜੇ ਗੁਰਪੁਰਬ ਹਨ ਉਹ ਨਿਯਤ ਦਿਨ ਤੇ ਹਰ ਸਾਲ ਮਨਾਉਣੇ ਚਾਹੀਦੇ ਹਨ, ਜਿਵੇਂ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਜਨਮ ਦਿਹਾੜਾ, ਉਹਨਾਂ ਦਾ ਪ੍ਰਕਾਸ਼ ਪੁਰਬ ਹਰ ਸਾਲ ਇਹਨਾਂ ਪੁਜਾਰੀਆਂ ਵੱਲੋਂ ਬਦਲ ਦਿੱਤਾ ਜਾਂਦਾ ਹੈ। ਕਿਸੇ ਸਾਲ ਤੇ ਦੋ ਵਾਰੀ ਆਉਂਦਾ, ਕਿਸੇ ਸਾਲ ਆਉਂਦਾ ਹੀ ਨਹੀਂ, ਕਿਸੇ ਸਾਲ 29 ਦਸੰਬਰ, ਕਿਸੇ ਸਾਲ 28 ਦਸੰਬਰ, ਕਿਸੇ ਸਾਲ 2 ਜਨਵਰੀ। ਇਹ ਬਹੁਤ ਹਾਸੋਹੀਣੀ ਗੱਲ ਹੈ ਜੋ ਕਿ ਸਾਡੀ ਕੌਮ ਨੂੰ ਨਮੋਸ਼ੀ ਵੱਲ ਧੱਕਦੀ ਹੈ। ਇਹ ਸਾਨੂੰ ਆਪ ਖਤਮ ਕਰਨੀ ਪੈਣੀ ਹੈ, ਕਿਉਂਕਿ ਗੁਰੂ ਸਾਹਿਬ ਸਾਨੂੰ ਦੱਸ ਕੇ ਗਏ ਹਨ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਣ, ਪੰਡਿਤ ਮੁੱਲਾ ਜੋ ਲਿਖ ਦਿਆ ਛਾੜ ਚਲੇ ਹਮ ਕਿਛੂ ਨਾ ਲਿਆ। ਅਸੀਂ ਕਿਸੇ ਤੋਂ ਕੁਛ ਵੀ ਨਹੀਂ ਲਿਆ ਸਾਡੇ ਗੁਰੂ ਨੇ, ਇਸ ਕਰਕੇ ਸਾਨੂੰ ਦੂਜਿਆਂ ਵੱਲ ਤੱਕਣ ਦੀ ਕੋਈ ਲੋੜ ਨਹੀਂ, ਔਰ ਸਾਡੇ ਤੇ ਉਹ ਜ਼ਬਰਦਸਤੀ ਜੋ ਹੈ ਇਸਨਾਂ ਚੀਜ਼ਾਂ ਨੂੰ ਥੋਪ ਰਹੇ ਹਨ। ਆਪ ਜੀ ਸਭ ਕੁਝ ਜਾਣਦੇ ਹੋ ਕਿਵੇਂ ਸਾਡੇ ਇਤਿਹਾਸ ਦੇ ਉੱਤੇ, ਸਾਡੇ ਗੁਰਪੁਰਬਾਂ ਦੇ ਉੱਤੇ, ਔਰ ਹੁਣ ਗੁਰਬਾਣੀ ਵਿਆਖਿਆ ਤੇ ਵੀ ਭਗਵਾਂ ਰੰਗ ਉਹਨਾਂ ਨੇ ਚਾੜਿਆ ਹੋਇਆ ਹੈ, ਕਿਉਂਕਿ ਉਹ ਸਾਨੂੰ ਵਰਤਣਾ ਚਾਹੁੰਦੇ ਹਨ, ਉਹ ਗੁਲਾਮੀ ਚ ਰੱਖਣਾ ਚਾਹੁੰਦੇ ਹਨ। ਪਰ ਸਿੱਖ ਕਿਸੇ ਦਾ ਗੁਲਾਮ ਨਹੀਂ ਹੈ, ਅਸੀਂ ਇੱਕ ਸੋਵਰਨ ਸ਼ਹਿਜ਼ਾਦੇ ਤੇ ਸ਼ਹਿਜ਼ਾਦੀਆਂ ਵਾਂ, ਜੋ ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ਇਹ ਵਿਰਾਸਤ ਬਖਸ਼ਿਸ਼ ਕੀਤੀ ਹੈ, ਉਹਦੇ ਤੇ ਆਪਾਂ ਪਹਿਰਾ ਦੇਈਏ। ਇਨ ਇੰਗਲਿਸ਼ ਆਈ ਵਾਂਟ ਟੂ ਸੇ ਦ ਸੇਮ ਥਿੰਗ ਟੂ ਦੋਜ਼ ਹੂ ਡੂ ਨਾਟ ਅੰਡਰਸਟੈਂਡ ਪੰਜਾਬੀ, ਦੈਟ ਯੂ ਹੈਵ ਟੂ ਸੈਲੀਬ੍ਰੇਟ ਆਲ ਯੂਅਰ ਸਿੱਖ ਹੋਲੀਡੇਜ਼ ਅਕੋਰਡਿੰਗ ਟੂ ਦ ਮੂਲ ਨਾਨਕ ਸ਼ਾਹੀ ਕੈਲੰਡਰ ਕ੍ਰੀਏਟਿਡ ਬਾਏ ਆਰ ਵੈਰੀ ਓਨ ਸਰਦਾਰ ਪਾਲ ਸਿੰਘ ਪੁਰੇਵਾਲ ਜੀ, ਹੂ ਹੈਜ਼ ਸਪੈਂਟ around 50 to 60 years of his life creating this beautiful calendar which is good for the next 8000 years. Te kade vi ye dates jehdiyan oh change nahi honngiyan, and it has been created according to the Guru Granth Sahib 12 ma, which has been entered there twice by Guru Nanak and Guru Arjan Pasha ji. So this calendar, which is Mool Nanak Shahi calendar, is according to the seasons of Punjab, and it is a solar calendar which has no confusions. So main int vich fer apne veeran pehna nu ehi benti kardi ha, tusi meharbani karke sare gurdwara prabandhak committeeyan de jo pradhan han, jo utthe kam karde han, ja hor jinniyan vi jathebandiyan han, sariyan hi takde ho ke hambla maar ke ਇਸ ਮੂਲ ਨਾਨਕ ਸ਼ਾਹੀ ਕੈਲੰਡਰ ਨੂੰ ਆਪਣੀ ਜ਼ਿੰਦਗੀ ਚ ਲਾਗੂ ਕਰੋ, ਆਪਣੇ ਘਰਾਂ ਚ ਲਾਗੂ ਕਰੋ, ਗੁਰਦੁਆਰਿਆਂ ਚ ਲਾਗੂ ਕਰੋ, ਔਰ ਸਾਰਿਆਂ ਨੂੰ ਮਾਣ ਨਾਲ ਦੱਸੋ, ਹਿੰਦੂ ਮੁਸਲਮਾਨ ਈਸਾਈਆਂ ਨੂੰ ਸਭ ਨੂੰ ਦੱਸੋ ਕਿ ਸਾਡੇ ਜੋ ਮਹਾਨ ਪੁਰਬ ਹਨ ਉਹ ਕਿਹੜੇ ਦਿਨ ਆਉਂਦੇ ਹਨ, ਔਰ ਉਹਨਾਂ ਦੀ ਨਿਯਤ ਤਾਰੀਖ ਜੋ ਹੈ ਉਹ ਹਰ ਸਾਲ ਕਿਹੜੀ ਹੈ,
ताकि हर एक नूं पता लग सके कि सिख कौम दे जो त्योहार हन ओह केड़ी दिन ते केड़ी तारीख ते केड़े महीने च हर साल आउंदे हन। इन्ना कुछ कहंदी होई आप जी तो खिमा दी जाचक हां, भुल्लां दी खिमा जी। वाहिगुरू जी का खालसा, वाहिगुरू जी की फतेह।